ਹਲੇ ਵੀ ਅੰਡਰ ਅਟੈਕ ਹੈ ਬਿਕੋਜ਼ ਆਫ ਨਾਟ ਬੀਂਗ ਏਬਲ ਟੂ ਯੂ ਨੋ ਅਪਹੋਲਡ ਦੀ ਆਈਡੀਓਲੋਜੀ ਆਫ ਅਕਾਲੀ ਦਲ ਔਰ ਬੀਜੇਪੀ MSP ਨਾ ਦੇਣਾ, ਕਿਸਾਨਾਂ ਦੇ ਅੰਦੋਲਨ ਦੇ ਨਾਲ ਬੇਈਮਾਨੀ ਕਰਨੀ, ਉਹਨਾਂ ਨੂੰ ਪੰਜਾਬ ਦੇ 13,000 ਪਿੰਡਾਂ ਦੇ ਵਿੱਚ ਹਲੇ ਕੋਈ ਐਂਟਰੀ ਨਹੀਂ ਹੈ। ਬਿਲਕੁਲ, ਜੇ ਪੰਜਾਬ 'ਚ ਗੱਠਜੋੜ ਹੁੰਦਾ ਹੈ ਤਾਂ ਖੈਰਾ ਸਭ ਤੁਹਾਡਾ ਸਟੈਂਡ ਕੀ ਰਹੇਗਾ? ਦੇਖੋ, ਮੈਂ ਫਿਰ ਤੁਹਾਨੂੰ ਕਿਹਾ ਨਾ ਕਿ ਮੈਂ ਪਹਿਲੀ ਗੱਲ ਤਾਂ ਮੈਂ ਫਿਰ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਗੱਠਜੋੜ ਨਹੀਂ ਹੋਵੇਗਾ। ਅਗਰ ਹੋਵੇਗਾ ਤੁਹਾਨੂੰ ਕਨਵੇ ਕਰ, ਨਹੀਂ ਹਾਈ ਕਮਾਂਡ ਨੇ ਵੈਸੇ ਕਨਵੇ ਕਰ ਦਿੱਤਾ ਹੈ, ਦਵਿੰਦਰ ਯਾਦਵ ਮੀਟਿੰਗਸ ਕਰ ਰਹੇ ਨੇ, ਇਹੋ ਜਿਹਾ ਕੁਛ ਕਨਵੇ ਕੀਤਾ ਗਿਆ? ਕਿਉਂਕਿ ਕਾਂਗਰਸ ਦੇ ਬੜੇ ਲੀਡਰ ਬੜੇ ਦਾਅਵੇ ਨਾਲ ਕਹਿ ਰਹੇ ਨੇ ਕਿ ਗੱਠਜੋੜ ਨਹੀਂ ਹੋ ਰਿਹਾ, ਇਹਦਾ ਮਤਲਬ ਕੁਝ ਨਾ ਕੁਝ ਤਾਂ ਮੈਸੇਜ ਹਾਈ ਕਮਾਂਡ ਨੇ ਤੁਹਾਨੂੰ ਸਾਰਿਆਂ ਨੂੰ ਦਿੱਤਾ ਹੈ? ਮੈਸੇਜ ਤਾਂ ਇਹੀ ਆ ਕਿ ਜਦੋਂ 99.9 ਪੰਜਾਬ ਦੇ ਕੇਡਰ ਤੇ ਲੀਡਰ ਜਾ ਕੇ ਕਹਿੰਦੇ ਕਿ ਨਹੀਂ ਗੱਠਜੋੜ ਕਰਨਾ, ਤੇ ਪਾਰਟੀ ਕਿਉਂ ਨਹੀਂ ਮੰਨੂਗੀ ਇਹਨਾਂ ਦੀ ਗੱਲ ਜੀ? ਔਰ ਇਨ ਸਮ ਵਰਡਸ ਵੀ ਹੈਵ ਬੀਨ ਟੋਲਡ ਟੂ ਹੈਵ ਪੇਸ਼ੈਂਸ ਐਂਡ ਇਟ ਵਿਲ ਨਾਟ ਬੀ ਦੇਅਰ ਇਨ ਪੰਜਾਬ, ਐਂਡ ਕੋਈ ਤੁੱਕ ਵੀ ਨਹੀਂ ਬਣਦੀ ਲੌਜੀਕਲੀ। ਤਾਂ ਕਰਕੇ ਤੁਹਾਨੂੰ ਮੈਂ ਕਹਿ ਰਿਹਾ, ਅਗਰ ਵਰਸਟ ਕਮ ਵਰਸਟ ਕੋਈ ਸਿਚੁਏਸ਼ਨ ਐਸੀ ਆਊਗੀ, ਫਿਰ ਤਾਂ ਤੁਹਾਨੂੰ ਵੀ ਕੈਨ ਓਨਲੀ ਸੇ ਵੈਨ ਵੀ ਅਰਾਈਵ ਐਟ ਦੈਟ ਬ੍ਰਿਜ ਨੂੰ। ਬਟ ਹੈਵਿੰਗ ਸੈਡ ਦੈਟ, ਸਭ ਤੋਂ ਜ਼ਿਆਦਾ ਵਿਕਟਿਮ ਮੈਂ ਵਾਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਵਿੰਡਿਕਟਿਵ ਪੋਲੀਟਿਕਸ ਦਾ। ਪਰ ਇੱਕ ਗੱਲ ਯਾਦ ਰੱਖੋ, ਜੇ ਕਾਂਗਰਸ ਪਾਰਟੀ ਨੈਸ਼ਨਲ ਪੱਧਰ 'ਤੇ ਇੰਡੀਆ ਪੱਧਰ 'ਤੇ ਬੀਜੇਪੀ ਨੂੰ ਰੋਕਣ ਲਈ CBI ਅਤੇ ED ਦੇ ਜਿਹੜਾ ਮਿਸਯੂਜ਼ ਹੋ ਰਿਹਾ ਓਪੋਜੀਸ਼ਨ ਦੇ ਲੀਡਰਸ ਦੇ ਖਿਲਾਫ, ਔਰ ਇੱਥੋਂ ਤੱਕ ਕਿ ਹੁਣ ਉਹ ਪ੍ਰਿਯੰਕਾ ਗਾਂਧੀ ਅਤੇ ਰੋਬਰਟ ਵਡਰੇ ਦਾ ਵੀ ਨਾਂ ਚੱਕ ਕੇ ਪਾਤਾ ED ਨੇ ਚਾਰਜਸ਼ੀਟ, ਅਸੀਂ ਉਹਨਾਂ ਦਾ ਪੱਖ ਵੀ ਦੇਖਣਾ ਵਾ। ਮੈਂ ਇਕੱਲੀ ਆਪਣੀ ਜ਼ਾਤੀ ਲੜਾਈ ਨਹੀਂ ਦੇਖਣੀ, ਮੈਂ ਸਾਰੇ ਦੇਸ਼ ਦੇ ਓਪੋਜੀਸ਼ਨ ਲੀਡਰਾਂ ਨੂੰ ਜਿਹੜੀ ਵਿਕਟਮਾਈਜੇਸ਼ਨ, ਆਈ ਹੈਵ ਟੂ ਲੁੱਕ ਐਟ ਦੈਟ ਐਂਗਲ ਆਲਸੋ। ਬਟ ਸਟਿਲ ਆਈ ਵੁੱਡ ਸੇ ਕਿ ਜਦੋਂ ਹੋਊਗਾ ਫਿਰ ਆਪਾਂ ਗੱਲ ਕਰਾਂਗੇ। ਅਤੇ ਜੇਲ੍ਹ ਤੋਂ ਬਾਹਰ ਆ ਕੇ ਤੁਸੀਂ ਜਿੰਨਾਂ ਲੋਕਾਂ ਦਾ ਧੰਨਵਾਦ ਕੀਤਾ, ਸੁਨੀਲ ਜਾਖੜ, ਵਿਕਰਮ ਸਿੰਘ ਮਜੀਠੀਆ, ਉਹ ਤਾਂ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਜੋ ਖਹਿਰਾ ਤੋਂ ਖਹਿੜਾ ਛੁਡਵਾਉਣਾ ਚਾਹੁੰਦੀ ਹੈ। ਨਹੀਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜੀ, ਇਹ ਤਾਂ ਬਿਲਕੁਲ ਸਾਦੀ ਜੀ ਇੱਕ ਪੰਜਾਬੀ ਕਲਚਰ ਦਾ ਮਤਲਬ ਹੈ ਕਿ ਜਦ ਔਖੇ ਸਮੇਂ ਵਿੱਚ ਤੁਹਾਡੇ ਕੋਈ ਕੰਮ ਆਉਂਦਾ, ਚਾਹੇ ਕੋਈ ਕੰਮ ਆਵੇ ਛੋਟੇ ਤੋਂ ਲੈ ਕੇ ਵੱਡਾ, ਤੇ ਇਹ ਸਾਡਾ ਨੈਤਿਕ ਫਰਜ਼ ਹੈ ਕਿ ਉਹਦਾ ਧੰਨਵਾਦ ਘੱਟੋ ਘੱਟ, ਹੋਰ ਨਹੀਂ ਕੁਛ ਤਾਂ ਧੰਨਵਾਦ ਤਾਂ ਜ਼ਰੂਰ ਕੀਤਾ ਜਾਵੇ। ਸੋ ਜਿਹਨਾਂ ਲੋਕਾਂ ਨੇ ਮੈਨੂੰ, ਜਿੱਦਾਂ ਮੇਰੀ ਪਾਰਟੀ ਦੇ ਲੀਡਰ, ਸਟਾਰਟਿੰਗ ਫਰੋਮ ਦਾ ਪਾਰਟੀ ਪ੍ਰੈਜੀਡੈਂਟ ਟੂ ਦ ਲੀਡਰ ਆਫ ਓਪੋਜੀਸ਼ਨ ਐਂਡ ਆਲ ਦਾ ਲੀਡਰਸ MLAs, ਦੇ ਮੈਟ ਮੀ, ਦੇ ਸਪੋਰਟਿਡ ਮੀ, ਦੇ ਸਪੋਰਟਿਡ ਮਾਈ ਸਨ, ਦੇ ਸਪੋਰਟਿਡ ਮਾਈ ਫੈਮਿਲੀ, ਮੈਂ ਉਹਨਾਂ ਦਾ ਧੰਨਵਾਦ ਕੀਤਾ। ਫਿਰ ਜਿਹੜੇ ਓਪੋਜੀਸ਼ਨ ਚੋਂ ਕਟਿੰਗ ਅਕਰੋਸ ਪਾਰਟੀ ਲਾਈਨਸ, ਮਤਲਬ ਐਕਸਟ੍ਰੀਮਸ ਦੇ ਜਿਹੜੇ ਓਪੋਜਿਟ ਨੇ ਇੱਕ ਦੂਜੇ ਦੇ, ਜਿੱਦਾਂ ਸਿਮਰਨਜੀਤ ਸਿੰਘ ਮਾਨ ਨੇ, ਹੀ ਇਜ਼ ਕੰਪਲੀਟਲੀ ਅਪੋਜ਼ ਟੂ ਕਾਂਗਰਸ, ਉਹਨਾਂ ਨੇ ਸਪੋਰਟ ਕੀਤਾ। BJP ਇਜ਼ ਕੰਪਲੀਟਲੀ ਅਪੋਜ਼ ਟੂ ਦ ਕਾਂਗਰਸ, ਸੁਨੀਲ ਜਾਖੜ ਉਹਨਾਂ ਨੇ ਮੇਰੀ ਸਪੋਰਟ ਨਹੀਂ ਕੀਤੀ, ਉਹਨਾਂ ਨੇ ਕਿਹਾ ਕਿ ਇਹਦੇ ਨਾਲ ਬੇਇਨਸਾਫੀ ਹੋ ਰਹੀ। ਇੱਥੋਂ ਤੱਕ ਅਰਸ਼ਦੀਪ, ਪਰ ਮਜੀਠੀਆ ਸਾਹਿਬ ਨੇ ਕੱਲ੍ਹ ਰੈਲੀ ਦੇ ਵਿੱਚ ਇਹ ਵੀ ਗੱਲ ਕਹੀ ਕਿ ਖਹਿਰਾ ਸਾਹਿਬ ਨੇ ਮੇਰਾ ਧੰਨਵਾਦ ਕੀਤਾ, ਉਹ ਅਲੱਗ ਗੱਲ ਹੈ, ਪਰ ਖਹਿਰਾ ਸਾਹਿਬ ਨੂੰ ਮੈਂ ਵੀ ਯਾਦ ਕਰਵਾ ਦਾਂ ਕਿ ਉਹਨਾਂ 'ਤੇ ਵੀ ਪਰਚਾ ਜਿਹੜਾ ਹੈ ਉਹ ਕਾਂਗਰਸ ਦੀ ਸਰਕਾਰ 'ਚ ਹੋਇਆ ਸੀ, ਅਤੇ ਮੇਰੇ 'ਚ ਵੀ, ਮੇਰੇ 'ਤੇ ਜਿਹੜਾ ਪਰਚਾ ਹੋਇਆ ਉਹ ਵੀ ਕਾਂਗਰਸ ਦੀ ਸਰਕਾਰ 'ਚ ਹੋਇਆ, ਅਤੇ ਜਿਹੜੀ ਬਦਲੇ ਦੀ ਸਿਆਸਤ ਵਾਲੀ ਜਿਹੜੀ ਭਾਵਨਾ ਹੈ ਉਹ ਤਾਂ ਕਾਂਗਰਸ 'ਚੋਂ ਪਿਰਤ ਚੱਲੀ ਆ ਰਹੀ ਹੈ, ਉਸ ਨੂੰ ਆਮ ਆਦਮੀ ਪਾਰਟੀ ਫੋਲੋ ਕਰ ਰਹੀ ਹੈ। ਇਹ ਤੁਸੀਂ ਕਿਹਦੇ ਨਾਲ ਕਿਹਾ, ਕਿਸ ਲੀਡਰ ਨੇ ਕਿਹਾ, ਮੈਂ ਨਾਮ ਸੁਣਿਆ ਨਹੀਂ? ਬਿਕਰਮ ਸਿੰਘ ਮਜੀਠੀਆ ਨੇ। ਬਿਕਰਮ ਨੂੰ ਮੈਂ, ਬਿਕਰਮ ਨੇ ਹੁਣ ਪਿੱਛੋਂ ਮੇਰੀ ਸਪੋਰਟ ਕੀਤੀ ਜਾਂ ਮੇਰੇ ਬੇਟੇ ਦੀ ਹੌਸਲਾ ਅਫਜਾਈ ਕੀਤੀ, ਮੈਂ ਤਾਂ ਉਸ ਨੁਕਤੇ ਦੇ ਨਾਲ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ। ਹੁਣ ਇਹਦੇ ਖਿਲਾਫ ਜਿਹੜੇ ਕੇਸਿਸ ਕੀਤੇ ਉਹ ਖੇਰੇ ਨੇ ਤਾਂ ਕੀਤੇ ਨੇ ਜੀ, ਸੋ ਇਸ ਕਰਕੇ ਦੈਟ ਇਜ਼ ਅ ਸੈਪਰੇਟ। ਕਾਂਗਰਸ ਦੀ ਸਰਕਾਰ ਨੇ ਕੀਤੇ, ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਕਾਂਗਰਸ ਦੀ ਸਰਕਾਰ 'ਚ ਵੀ ਐਵੇਂ ਕੇਸਿਸ, ਝੂਠੇ ਕੇਸਿਸ 'ਚ ਪੋਲੀਟੀਕਲ ਲੀਡਰਸ ਨੂੰ ਫਸਾਇਆ ਜਾਂਦਾ ਸੀ। ਅਰਸ਼ਦੀਪ ਜੀ, ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਫਿਰ ਦੇਰ ਇਜ਼ ਨੋ ਐਂਡ ਟੂ ਦਿਸ ਆਰਗੂਮੈਂਟ, ਫਿਰ ਦੈਨ ਆਈ ਕੈਨ ਸੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਸੀ, ਉਹ ਕਹਿਣਗੇ ਜੀ ਇਹ ਤੋਂ ਮਗਰਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ 'ਤੇ ਕੀਤੇ ਸੀ। ਇਨਫੈਕਟ ਮੈਂ ਕਹਿਣਾ ਜਿਹੜੀ ਗੱਲ ਚਾਹੁੰਦਾ
ਕਿ ਦਿਸ ਮਤਲਬ ਸਿਲਸਿਲਾ ਪੁਰਾਣਾ। ਵੈਸੇ ਅਸੀਂ ਇਹ ਕਹਿ ਸਕਦੇ ਆਮ ਲੋਕਾਂ ਨੇ ਤਾਂ ਇਹ ਕਈ ਸਾਲਾਂ ਤੋਂ ਦੇਖਿਆ ਇਹ ਸਿਲਸਿਲਾ ਪੁਰਾਣਾ, ਆਮ ਆਦਮੀ ਪਾਰਟੀ ਕੋਈ ਨਵੀਂ ਗੱਲ ਨਹੀਂ ਫਿਰ ਕਰ ਰਹੀ, ਪੁਰਾਣੀ ਪੋਲਿਟਿਕਸ ਨੂੰ ਫੋਲੋ ਕਰ ਰਹੀ ਹੈ। ਮੈਂ ਕਹਿ ਰਿਹਾ ਕਿ ਇਹ ਵਿੱਚ ਹੰਟ ਛੱਡ ਕੇ ਜਿਹੜੇ ਪੰਜਾਬ ਦੇ ਬਰਨਿੰਗ ਇਸ਼ੂਸ ਪੈਂਡਿੰਗ ਨੇ, ਜਿਹੜਾ ਗੁਰਬਾਣੀ 'ਚ ਕਥਨ ਆਉਂਦਾ ਨਾ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸਾਡਾ ਪਾਣੀ ਵੀ ਗੰਦਲਾ ਹੋ ਗਿਆ, ਸਾਡੀ ਆਬੋ ਹਵਾ ਖਰਾਬ ਹੋ ਗਈ, ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ, ਕਿੰਨੇ ਮੁੱਦੇ ਨੇ ਦੈਟ ਵੀ ਨੀਡ ਟੂ ਟਾਕ। ਔਰ ਜਿਹੜੇ ਇਹ ਕਹਿੰਦੇ ਸੀ ਆਮ ਆਦਮੀ ਕਿ ਅਸੀਂ ਬਦਲਾਵ ਦੀ ਰਾਜਨੀਤੀ ਕਰਨੀ ਹੈ, ਇਹ ਤਾਂ ਬਦਲਾਵ ਛੱਡ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਜਿਹੜੇ ਆ ਉਹਦੇ ਬਦਲੇ ਦੀ ਰਿਕਾਰਡ ਤੋੜਨ 'ਤੇ ਹੋ ਗਏ, ਤਾਂ ਬਦਲੇ ਦੀ ਰਾਜਨੀਤੀ ਕਰ ਰਹੇ ਨੇ ਇਹਨਾਂ ਦੇ, ਉਹਨਾਂ ਦਾ ਵੀ ਰਿਕਾਰਡ। ਬਿਲਕੁਲ ਖਹਿਰਾ ਸਾਹਿਬ, ਅਸੀਂ ਤੁਹਾਡੀ ਬਦਲੀ ਹੋਈ ਪੋਲੀਟਿਕਸ ਦੇਖੀ ਹੈ ਜਦੋਂ ਤੋਂ ਤੁਸੀਂ ਜੇਲ੍ਹ ਤੋਂ ਬਾਹਰ ਆਏ ਨੇ, ਤੁਸੀਂ ਸਿੱਖ ਇਸ਼ੂਜ਼ ਦੀ ਪਹਿਲਾਂ ਤੋਂ ਵੀ ਗੱਲ ਕਰਦੇ ਰਹੇ ਨੇ, ਹੋਰ ਮੁਖਰ ਹੋ ਕੇ ਤੁਸੀਂ ਬੋਲ ਰਹੇ ਹੋ, ਕੀ ਤੁਹਾਡੀ ਇਸ ਪੋਲੀਟਿਕਸ ਦੇ ਨਾਲ ਕਾਂਗਰਸ ਇਤਫਾਕ ਰੱਖਦੀ ਹੈ? ਮੈਂ ਫੋਰ ਇਗਜ਼ਾਮਪਲ ਮੈਂ ਬੰਦੀ ਸਿੰਘਾਂ ਦੀ ਗੱਲ ਕਰਦੀ ਹਾਂ, ਬੰਦੀ ਸਿੰਘਾਂ ਦੀ ਰਿਹਾਈ ਦਾ ਤੁਸੀਂ ਮੁੱਦਾ ਚੁੱਕਦੇ ਹੋ, ਅਤੇ ਦੂਜੇ ਪਾਸੇ ਕਾਂਗਰਸ ਦੇ ਐਮ ਪੀ ਰਮਨੀਤ ਬਿੱਟੂ ਇਸ ਦਾ ਵਿਰੋਧ ਕਰਦੇ ਨੇ। ਸਾਰੀ ਕਾਂਗਰਸ ਨਾ ਨਾ ਕਹੋ ਜੀ, ਦੈਨ ਦੇਰ ਇਜ਼ ਅ ਡਿਫਰੈਂਸ ਆਫ ਓਪੀਨੀਅਨ ਬਿਟਵੀਨ ਮੇ ਬੀ ਇੰਡੀਵਿਜੁਅਲਸ ਵਿਦ ਇਨ ਦਾ ਕਾਂਗਰਸ ਐਂਡ ਇੰਡੀਵਿਜੁਅਲਸ ਲਾਈਕ ਮੀ ਵਿਦ ਇਨ ਦਾ ਕਾਂਗਰਸ। ਆਈ ਡੋਂਟ ਥਿੰਕ ਕਿ ਅਗਰ ਅਸੀਂ ਸਿੱਖਾਂ ਦੀ ਗੱਲ ਕਰਾਂਗੇ